ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਕਰ ਰਹੀ ਹੈ ਉਤਸ਼ਾਹਿਤ। ਗੁਰਜੀਤ ਔਜਲਾ। ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਤਕਰੀਬਨ 500 ਬਾਸਕਟਬਾਲ ਕਿੱਟਾਂ ਵੰਡੀਆਂ। ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਇਸ ਦੇ ਤਹਿਤ ਹਰ ਪਿੰਡ ਹਰ ਬਲਾਕ ਵਿੱਚ ਟੂਰਨਾਮੈਂਟ ਕਰਵਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਤੰਦਰੁਸਤ ਪੰਜਾਬ ਦੇ ਤਹਿਤ ਕੈਪਟਨ ਸਾਹਿਬ ਦਾ ਸੁਪਨਾ ਆ, ਮੈਂ ਇੱਕ ਉਪਰਾਲਾ ਉਹਦੇ ਚ ਕੀਤਾ ਹੈ। ਸਾਡੇ ਨੌਜਵਾਨ ਜਿਹੜੇ ਪਿੰਡਾਂ ਦੇ ਵਿੱਚ ਬਾਸਕਟਬਾਲ ਨੈੱਟ ਲਾ ਕੇ ਖੇਡਦੇ ਸੀ, ਕਿਉਂਕਿ ਮੈਂ ਦੇਖਿਆ ਕਿ ਹਰ ਪਿੰਡ ਦੇ ਵਿੱਚ ਨੈੱਟ ਲੱਗਾ ਆ, ਉਹਨਾਂ ਨੂੰ ਅੱਜ ਕਿੱਟਾਂ ਦਿੱਤੀਆਂ ਨੇ। ਕਿੱਟ ਤੇ ਹਰ ਕੋਈ ਦੇ ਸਕਦਾ ਹੈ, ਲੈ ਵੀ ਸਕਦਾ ਹੈ, ਪਰ ਮੇਰਾ ਇੱਕ ਸੁਨੇਹਾ ਸੀ ਉਹਨਾਂ ਨੂੰ ਕਿ ਅੱਜ ਤੋਂ ਬਾਅਦ ਤੁਹਾਡੇ ਉੱਤੇ ਸਰਕਾਰ ਦਾ ਪੂਰਾ ਧਿਆਨ ਆ। ਤੁਹਾਡੇ ਅਸੀਂ ਟੂਰਨਾਮੈਂਟ ਛੋਟੇ ਵੀ ਕਰਾਵਾਂਗੇ, ਵੱਡੇ ਵੀ ਕਰਾਵਾਂਗੇ। ਤੁਹਾਡੇ ਚੋਂ ਆਸ ਕਰਾਂਗੇ ਕਿ ਇੱਕ ਪਨੀਰੀ ਜਿਹੜੀ ਇੱਥੋਂ ਮਤਲਬ ਇੱਕ ਵੱਡਾ ਬੂਟਾ ਬਣ ਕੇ ਨਿਕਲੇ, ਇਹ ਨਰਸਰੀ ਗੜਕਵਾਵੇ ਵਾਲੀਬਾਲ ਦੀ ਜਿਹੜਾ ਮੱਝ ਆਏ ਆਉਣ ਵਾਲੇ ਸਮੇਂ 'ਚ, ਕਿਉਂਕਿ ਇਹ ਅਸੀਂ ਕੋਈ ਉਪਰਾਲਾ ਨਹੀਂ ਕੀਤਾ ਇਹਦੇ 'ਚ। ਇਹ ਸਾਡੇ ਨੌਜਵਾਨ ਥੋੜਾ, ਕਿਉਂਕਿ ਇਹ 'ਚ ਪੈਸੇ ਬਹੁਤ ਥੋੜੇ ਲੱਗਦੇ ਕਿੱਟ ਦੇ ਉੱਤੇ, ਉਹ ਵਿਚਾਰੇ ਵੀ ਥੋੜੇ ਥੋੜੇ ਪੈਸੇ ਪਾ ਕੇ ਖੇਡਦੇ ਆ। ਹੁਣ ਅੱਜ ਤੋਂ ਬਾਅਦ ਇਹ ਸੁਨੇਹਾ ਸਾਡਾ ਇੱਕ ਕਿੱਟ ਦੇ ਰੂਪ 'ਚ ਇਹਨਾਂ ਨੂੰ ਜਾਏਗਾ, ਤੁਹਾਡਾ ਧਿਆਨ ਅਸੀਂ ਪੂਰਨ ਤੌਰ 'ਤੇ ਰੱਖਾਂਗੇ। ਦੂਸਰਾ, ਪਿੰਡਾਂ ਦੇ ਵਿੱਚ ਬਾਸਕਟਬਾਲ ਜਿਹੜਾ ਓਮ ਪ੍ਰਕਾਸ਼ ਸੋਨੀ ਜੀ ਨੂੰ ਅਸੀਂ ਰਿਕੁਐਸਟ ਕੀਤੀ ਸੀ ਆਪਣੇ ਕੈਬਨਿਟ ਮੰਤਰੀ ਸਾਹਿਬ, ਉਹਨਾਂ ਨੇ ਲਾਜ਼ਮੀ ਕਰ ਦਿੱਤਾ ਆ ਹਾਫ ਕੋਰਟ ਤੇ ਫੁੱਲ ਕੋਰਟ ਬਾਸਕਟਬਾਲ ਜਿਹੜਾ ਉੱਥੇ ਹੋਏਗਾ ਪਿੰਡਾਂ ਦੇ ਵਿੱਚ ਹਰ ਸਕੂਲ ਦੇ ਵਿੱਚ, ਔਰ ਮੈਂ ਉਹਨਾਂ ਦਾ ਇਸ ਗੱਲ ਤੋਂ ਵੀ ਧੰਨਵਾਦ ਆ। ਸੋ ਕੈਪਟਨ ਸਾਹਿਬ ਦਾ ਜਿਹੜਾ ਸੁਪਨਾ ਹੈ ਉਹ ਅਸੀਂ ਖੇਡਾਂ ਰਾਹੀਂ ਵੀ ਤੰਦਰੁਸਤ ਪੰਜਾਬ, ਕਿਉਂਕਿ ਨਰੋਆ ਦਿਮਾਗ ਤਦ ਹੀ ਹੋ ਸਕਦਾ ਜੇ ਨਰੋਈ ਸਿਹਤ ਹੋਵੇ। ਸੋ ਇਸ ਕਰਕੇ ਨਰੋਈ ਸਿਹਤ ਵਾਸਤੇ ਖੇਡ ਦਾ ਹੋਣਾ ਲਾਜ਼ਮੀ ਆ। ਸੋ ਇਹਦੇ ਵਾਸਤੇ ਅਸੀਂ ਅੱਜ ਕਿੱਟਾਂ ਜਿਹੜੀਆਂ ਨੇ ਕੁਛ 500 ਦੇ ਕਰੀਬ ਜਿਹੜੀ ਉਹ ਦਿੱਤੀ ਪਿੰਡਾਂ।